ਉਦਾਸੀਨ ਆਸ਼ਰਮ ਡੇਰਾ ਬਾਬਾ ਟੇਕਦਾਸ ਜੀ ਪਿੰਡ ਸੰਘੇੜਾ ਜ਼ਿਲ੍ਹਾ ਬਰਨਾਲਾ ਵਿਖੇ ਸੰਤ ਸਵਾਮੀ ਮਾਧਵਾਨੰਦ ਜੀ ਦੀ ਸਲਾਨਾ ਵਰਸੀ ਬਹੁਤ ਹੀ ਸ਼ਰਧਾ ਨਾਲ ਮਨਾਈ ਗਈ। ਅਸਥਾਨ ਦੇ ਵਰਤਮਾਨ ਗੱਦੀ ਨਸ਼ੀਨ ਮਹੰਤ ਸਦੇਵ ਮੁਨੀ ਜੀ ਦੀ ਦੇਖਰੇਖ ਹੇਠ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਏ ਗਏ ਇਹਨਾਂ ਸਮਾਗਮਾਂ ਮੌਕੇ ਦੇਸ਼ਾਂ ਵਿਦੇਸ਼ਾਂ ਤੋਂ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀਆਂ ਭਰੀਆਂ। ਜਿਹੜਾ ਪਾਣੀ ਉੱਤੇ ਪੱਥਰਾਂ ਨੂੰ ਤਾਰਦਾ ਉਹ ਤੈਨੂੰ ਕਿਉਂ ਨਾ ਤਾਰੂ ਬੰਦਿਆ। ਜਿਹੜਾ ਪਾਣੀ ਉੱਤੇ ਪੱਥਰਾਂ ਨੂੰ ਤਾਰਦਾ ਉਹ ਤੈਨੂੰ ਕਿਉਂ ਨਾ ਤਾਰੂ ਬੰਦਿਆ। ਜਮੋ ਜਿਹੜਾ ਪਾਣੀ ਇਸ ਮੌਕੇ ਆਰੰਭੇ ਪਾਠਾਂ ਦੇ ਭੋਗ ਪਾਏ ਗਏ। ਰਾਗੀ ਭਾਈ ਬਹਾਦਰ ਸਿੰਘ ਜੀ ਨੇ ਲੰਬਾ ਸਮਾਂ ਕੀਰਤਨ ਕਰ ਸੰਗਤਾਂ ਨੂੰ ਨਿਹਾਲ ਕੀਤਾ। ਜਨਮ ਕੇ ਕਿਲ ਵਿਕਨਾਸ ਹਰ ਚਰਨੀ ਕਿਦਲਾਏ ਹਰ ਚਰਨੀ ਕਿਦਲਾਏ ਸੰਤ ਕਮਾਰਿਗ ਧਰਮ ਕੀ ਪੌੜੀ ਸੰਤ ਕਮਾਰਿਗ ਧਰਮ ਕੀ ਪੌੜੀ ਗੁਰਪੂਰੈ ਕਿਰਪਾ ਤਾਰੀ ਰੱਬ ਪੂਰੀ ਲੋਚੇ ਹਮਾਰੀ। ਵੱਖ ਵੱਖ ਮਹਾਂਪੁਰਸ਼ ਮਹੰਤ ਪੁਰਸ਼ੋਤਮ ਦਾਸ ਜੀ ਲੌਂਗੋਵਾਲ, ਸਵਾਮੀ ਰਾਮ ਨਾਰਾਇਣ ਗਿਰ ਜੀ ਰਾਮਪੁਰਾ, ਮਹੰਤ ਗੁਰਸ਼ਰਨ ਦਾਸ ਜੀ ਬਲੋਕੀ, ਸਵਾਮੀ ਪਰਮੇਸ਼ਰ ਆਨੰਦ ਜੀ ਧੂਰਕੋਟ, ਸੰਤ ਜਗਤਾਰ ਸਿੰਘ ਜੀ ਜੰਗੀਆਣਾ, ਬਾਬਾ ਸੁਖਚੈਨ ਸਿੰਘ ਜੀ ਧੂਰਕੋਟ, ਸ੍ਰੀ ਓਮ ਪ੍ਰਕਾਸ਼ ਗਾਸੋ ਜੀ, ਸਰਦਾਰ ਮਨਜੀਤ ਸਿੰਘ ਸਾਗਰ ਧਨੌਲਾ ਅਤੇ ਮੈਨੇਜਰ ਸਰ ਸੁਰਜੀਤ ਸਿੰਘ ਜੀ ਨੇ ਕਥਾ ਵਿਚਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਕਿਸੇ ਵਿਅਕਤੀ ਨੇ ਸਵਾਲ ਕਰਤਾ ਤੁਲਸੀਦਾਸ ਜੀ ਨੂੰ ਕਿ ਮਹਾਰਾਜ ਬੰਦਗੀ ਕਰਨ ਨੂੰ ਤਾਂ ਜੀ ਕਰਦਾ ਨਹੀਂ ਪਰ ਫਿਰ ਵੀ ਬੈਠ ਜਾਂਦੇ ਹਾਂ ਉਸ ਦਾ ਭਜਨ ਕਰਨ ਵਾਸਤੇ, ਕੀ ਉਸ ਦਾ ਵੀ ਫਲ ਮਿਲਦਾ? ਤੁਲਸੀਦਾਸ ਜੀ ਮੁਸਕਰਾ ਕੇ ਕਹਿਣ ਲੱਗੇ, ਤੁਲਸੀ ਮੇਰੇ ਰਾਮ ਕੋ ਰੀਝ ਭਜੋ ਜਾਂ ਖੀਜ ਭੋਮ ਪੜੇ ਤੋ ਸਭ ਉਗੇ ਉਲਟਾ ਸੀਧਾ ਵੀ। ਕਹਿੰਦਾ ਉਲਟਾ ਨਾਮ ਜਪ ਲਓ ਚਾਹੇ ਸਹੀ ਜਪ ਲਓ, ਜਦੋਂ ਆਪਾਂ ਭੂਮੀ ਦੇ ਵਿੱਚ ਬੀਜ ਪਾਉਂਦੇ ਹਾਂ ਤਾਂ ਆਪਾਂ ਇਹ ਨਹੀਂ ਦੇਖਦੇ ਕਿ ਉਲਟਾ ਪੈ ਰਿਹਾ ਜਾਂ ਸਿੱਧਾ ਪੈ ਰਿਹਾ, ਫਿਰ ਵੀ ਨਿਰੰਤਰ ਉਹ ਫਸਲ ਬਣਦੀ ਹੈ। ਪਰਮਾਤਮਾ ਦੀ ਬੰਦਗੀ ਕਰਨ ਵਾਸਤੇ ਸਾਨੂੰ ਗਿਆਨ ਦੀ ਲੋੜ ਹੈ। ਗਿਆਨ ਕਿੱਥੋਂ ਮਿਲਦਾ ਹੈ? ਮਹਾਂਪੁਰਸ਼ਾਂ ਤੋਂ, ਕਿਉਂਕਿ ਜੋ ਉਸਦੇ ਨਜ਼ਦੀਕ ਉਸਦੇ ਤਪ ਤਪੱਸਿਆ ਭਜਨ ਕਰਦੇ ਨੇ ਉਹਨਾਂ ਤੋਂ ਹੀ ਸਾਥੋਂ ਇਹ ਸਾਨੂੰ ਇਹ ਚੀਜ਼ਾਂ ਪ੍ਰਾਪਤ ਹੋ ਸਕਦੀਆਂ। ਜਦ ਮੈਂ ਦੇਖਾਂ ਇਸ ਤਰ੍ਹਾਂ ਦੀਆਂ ਕੁਝ ਤਸਵੀਰਾਂ ਨੂੰ ਫੇਰ ਸੋਚਦਾ ਕਿੱਥੇ ਤੁਰ ਜਾਂਦੇ ਨੇ ਛੱਡ ਕੇ ਲੋਕ ਸਰੀਰਾਂ ਨੂੰ। ਸਭਨਾ ਮਰਨਾ ਆਇਆ ਵਿਛੋੜਾ ਸਭਨਾ, ਪੁੱਛੋ ਜਾਏ ਸਿਆਣਿਆਂ ਅੱਗੇ ਮਿਲਣ ਕਿੰਨਾ। ਉਦਾਸੀ ਮਹਾਂਪੁਰਸ਼ਾਂ ਦੀ ਸੋਭਾ ਸ਼੍ਰੀ ਚੰਦ ਜੀ ਮਹਾਰਾਜ ਗੁਰੂ ਕੇ ਲਗਤੇ ਜਿਗਰ, ਉਹਨਾਂ ਮਹਾਂਪੁਰਸ਼ਾਂ ਦੀ ਸੋਭਾ, ਉਦਾਸੀ ਮਹਾਂਪੁਰਸ਼ਾਂ ਦੀ ਦੇਣ, ਇਹ ਨਾ ਕੋਈ
ਨਾ ਤਾਂ ਕਿਲੋਮੀਟਰਾਂ ਨਾਲ ਮਿਲੀ ਜਾ ਸਕਦੀ ਆ, ਨਾ ਕੋਈ ਸਮੇਂ ਦੇ ਵਿੱਚ ਪਾਬੰਦ ਆ। ਜੇ ਮੈਂ ਕਹਿਣ ਲੱਗਾ ਭਾਵੇਂ 20 ਘੰਟੇ ਬੋਲੀ ਜਾਵਾਂ, ਭਾਵੇਂ 50 ਘੰਟੇ ਬੋਲੀ ਜਾਵਾਂ, ਭਾਵੇਂ ਸਾਲ ਬੋਲੀ ਜਾਵਾਂ, ਜੋ ਪਰੋਪਕਾਰ ਉਦਾਸੀ ਮਹਾਂਪੁਰਸ਼ਾਂ ਦੇ ਧੰਨ ਗੁਰੂ ਨਾਨਕ ਸਾਹਿਬ ਦੇ ਮਿਸ਼ਨ ਦੇ ਨਾਲ ਸੰਬੰਧਿਤ ਸੰਗਤ ਜੀ, ਇਹ ਇਕੱਠ ਕਥਾ ਹੀ ਆ। ਜੈ ਫਤਿਹ, ਨਮੋ ਨਾਰਾਇਣ ਸੀਤਾ ਰਾਮ, ਵਾਹਿਗੁਰੂ ਜੀ ਕਾ ਖਾਲਸਾ, ਫਤਿਹ, ਸਾਰਾ ਕੁਛ ਇੱਕ ਹੈ। ਇਹ ਸਤਿਕਾਰ ਦੇ ਸ਼ਬਦ ਨੇ, ਇਹ ਜਦੋਂ ਇੱਕ ਦੂਜੇ ਨੂੰ ਅਸੀਂ ਮਿਲਦੇ ਹਾਂ ਦੋ ਵਾਰੀ ਪਰਮਾਤਮਾ ਦਾ ਨਾਂ ਲੈਣ ਵਾਸਤੇ ਸ਼ਬਦ ਬਣਾਏ ਗਏ ਨੇ। ਜਿਵੇਂ ਪਹਿਲਾਂ ਪੰਡਿਤ ਜੀ ਮਹਾਜਨ ਤੜਕੇ ਉੱਠ ਕੇ ਨਿਕਲਦੇ ਬਾਹਰ, ਹਰੇਕ ਬੰਦਾ ਕਹਿੰਦਾ ਪੰਡਿਤ ਜੀ ਰਾਮ ਰਾਮ, ਦੋ ਵਾਰੀ ਉਹ ਕਹਿੰਦੇ, ਅਤੇ ਦੋ ਵਾਰੀ ਫਿਰ ਗਾਹਾਂ ਵਾਲਾ ਕਹਿੰਦਾ ਲਾਲਾ ਜੀ, ਚਾਹੇ ਪੰਡਿਤ ਜੀ ਉਹ ਕਹਿੰਦੇ ਭਾਈ ਰਾਮ ਰਾਮ। ਅਤੇ ਜਦੋਂ ਐਵੇਂ ਜਿਵੇਂ ਜਿਹੜੀ ਫਤਿਹ ਹੈ ਇਹ 'ਚ ਵੀ ਦੋ ਵਾਰੀ ਵਾਹਿਗੁਰੂ ਸ਼ਬਦ ਆਉਂਦਾ ਹੈ, ਜਦੋਂ ਆਪਾਂ ਬੁਲਾਉਂਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਦੋ ਦੋ ਵਾਰੀ ਸ਼ਬਦ ਵਾਹਿਗੁਰੂ ਇਹਦੇ ਨਾਲ ਵੀ ਨਿਕਲਦਾ। ਜਿਹੜੇ ਸਾਡੇ ਬਰਾਗੀ ਸੰਤ ਹੁੰਦੇ ਨੇ ਉਹ ਜੈ ਜੈ ਸੀਤਾ ਰਾਮ ਕਹਿੰਦੇ ਆ, ਉਹਨਾਂ ਦੇ ਰਾਮ ਦਾ ਵੀ ਭਗਵਾਨ ਦਾ ਨਾਂ ਹੈ, ਸੀਤਾ ਵੀ ਸਾਡੀ ਮਾਤਾ ਹੈ। ਉਦੋਂ ਜਦੋਂ ਉਹ ਇੱਕ ਦੂਜੇ ਨੂੰ ਸੀਤਾ ਰਾਮ ਕਹਿੰਦੇ ਉਦੋਂ ਵੀ ਭਗਵਾਨ ਦਾ ਨਾਂ ਨਿਕਲਦਾ ਹੈ। ਅਤੇ ਜਦੋਂ ਸਾਡੇ ਸੰਨਿਆਸੀ ਸੰਤ ਇੱਕ ਦੂਜੇ ਦੇ ਆਮਣੇ ਸਾਹਮਣੇ ਹੁੰਦੇ ਆ, ਉਹ ਕਹਿੰਦੇ ਨੇ ਓਮ ਨਮੋ ਨਾਰਾਇਣ, ਉਹ ਵੀ ਉਸ ਈਸ਼ਵਰ ਦਾ ਨਾਂ ਹੈ। ਨਮੋ ਦਾ ਮਤਲਬ ਹੈ ਮੱਥਾ ਟੇਕਦੇ ਹਾਂ, ਨਾਰਾਇਣ ਉਹ ਭਗਵਾਨ ਨੂੰ, ਓਮ ਨਮੋ ਨਾਰਾਇਣ। ਮੇਰਾ ਕਹਿਣ ਦਾ ਭਾਵ ਹੈ ਸਾਡੇ ਜਿਹੜੇ ਸ਼ਬਦ ਨੇ, ਚਾਹੇ ਮੱਥਾ ਟੇਕਦੇ ਹਾਂ ਚਾਹੇ ਕੋਈ ਵੀ ਸਤਿਕਾਰ ਦਾ ਸ਼ਬਦ ਹੈ। ਮਹਾਤਮਾਨੰਦ ਜੀ ਮਹਾਰਾਜ ਇੱਕ ਕਹੀਏ ਪੂਰਨ ਵਿਦਵਾਨ ਸਨ, ਵੈਦ ਸਨ ਉੱਚ ਕੋਟੀ ਦੇ। ਜਿਵੇਂ ਉਹ ਭਗਤ ਨੇ ਦੱਸਿਆ ਵੀ PGI ਤੋਂ ਮੰਗਾ ਕੇ ਅਤੇ ਦਵਾਈ ਦਿੱਤੀ ਅਤੇ ਉਹ ਠੀਕ ਹੋ ਗਿਆ। ਵਾਕਿਆ ਸਹੀ ਗੱਲ ਹੈ ਕਿ ਉਹ ਐਸੇ ਹੀ ਵੈਦ ਸੀ, ਕਿਉਂਕਿ ਮੈਂ ਉਹਨਾਂ ਦੇ ਨਾਲ ਵਿਚਰਦਾ ਰਿਹਾ, ਉਹਨਾਂ ਦੇ ਬਾਰੇ ਮੈਨੂੰ ਕਾਫੀ ਜਾਣਕਾਰੀ ਵੀ ਹੈ, ਉਹਨਾਂ ਦੇ ਨਾਲ ਬੈਠਣ ਦਾ ਸਮਾਂ ਵੀ ਮਿਲਿਆ ਔਰ ਗੱਲਾਂ ਬਾਤਾਂ ਕਰਨ ਦਾ ਸਮਾਂ ਵੀ ਮੈਨੂੰ ਬਹੁਤ ਮਿਲਦਾ ਰਿਹਾ ਹੈ। ਜਿੱਥੇ ਉਹ ਵਿਦਵਾਨ ਸਨ ਉੱਥੇ ਉੱਚ ਕੋਟੀ ਦੇ ਵੈਦ ਸਨ, ਜਿੱਥੇ ਉਹ ਵੈਦ ਸਨ ਉੱਥੇ ਭਜਨਾਨੰਦੀ ਸਾਧੂ ਸਨ, ਔਰ ਸਾਡੇ ਉਦਾਸੀਨ ਸੰਪਰਦਾਇ ਦੇ ਵਿੱਚ ਇਰਦ ਗਿਰਦ ਦੀਆਂ ਹੋਰ ਸੰਸਥਾਵਾਂ ਦੇ ਵਿੱਚ ਉਹਨਾਂ ਦਾ ਬੜਾ ਹੀ ਸਤਿਕਾਰ ਕੀਤਾ ਜਾਂਦਾ ਸੀ। ਜ਼ਿੰਦਗੀ ਦੇ ਵਿੱਚ ਕਦੇ ਕਦੇ ਕੋਈ ਈਸ਼ਵਰ ਦੀ ਰਹਿਮਤ ਕਿਰਪਾ ਹੁੰਦੀ ਹੈ ਕਿ ਉਹਦਾ ਦਿੱਤਾ ਹੋਇਆ ਜੋ ਇਹ ਜੀਵਨ ਹੈ, ਇਹ ਸਮਾਂ ਹੈ, ਇਹ ਸਫਲਾ ਹੋ ਜਾਵੇ। ਸਮੇਂ ਨੂੰ ਬਤੀਤ ਨਿਤਾ ਪ੍ਰਤੀ ਕਰਦੇ ਆ, ਸਮੇਂ ਨੂੰ ਬਤੀਤ ਪਸ਼ੂ ਪਕਸ਼ੀ ਵੀ ਕਰਦੇ ਨੇ, ਜਾਨਵਰ ਵੀ ਕਰਦੇ ਨੇ, ਮਨੁੱਖ ਵੀ ਕਰਦਾ, ਪਰ ਸਮਾਂ ਸਫਲਾ ਕਿਸੇ ਕਿਸੇ ਦਾ ਹੁੰਦਾ ਹੈ, ਕਿਉਂਕਿ ਸਤਸੰਗਤ ਜਿਹੜੀ ਹੈ ਨੌ ਪ੍ਰਕਾਰ ਦੀ ਭਗਤੀ ਦੇ ਵਿੱਚੋਂ ਪ੍ਰਥਮ ਭਗਤੀ ਸੰਤਹਿ ਕਰ ਸੰਗਾ, ਦੁਤੀਏ ਭਗਤੀ ਮਮਕਥਾ ਪ੍ਰਸੰਗਾ, ਪਹਿਲੀ ਭਗਤੀ ਸੰਤ ਮਹਾਂਪੁਰਸ਼ਾਂ ਦਾ ਸੰਗ ਹੈ। ਇਹ ਜਦੋਂ ਪ੍ਰਾਪਤ ਹੋ ਜਾਂਦੀ ਹੈ ਤਾਂ ਜੀਵਨ ਆਨੰਦ ਦੇ ਨਾਲ ਭਰ ਜਾਂਦਾ ਹੈ, ਖੁਸ਼ੀਆਂ ਨਾਲ ਭਰ ਜਾਂਦਾ ਹੈ, ਕਿਉਂਕਿ ਸੰਤ ਮਹਾਂਪੁਰਸ਼ਾਂ ਦਾ ਮਿਲਣਾ ਸਹਿਜ ਨਹੀਂ। ਜਿਵੇਂ ਧਨ ਦੌਲਤ ਹੈ ਸਾਡੀ ਪਰਾਰਾਵਾ ਦੇ ਅਧੀਨ ਮਿਲ ਜਾਂਦਾ ਹੈ, ਪਰ ਜੋ ਮਹਾਂਪੁਰਸ਼ਾਂ ਦੀ ਸਤਸੰਗਤ ਹੈ ਇਹ ਈਸ਼ਵਰ ਦੀ ਕਿਰਪਾ ਦੇ ਦੁਆਰਾ, ਪਰਮਾਤਮਾ ਦੇ ਅਨੁਗ੍ਰਹਿ ਦੇ ਦੁਆਰਾ ਪ੍ਰਾਪਤ ਹੁੰਦੀ ਹੈ। ਸੰਤ ਜਿੱਥੇ ਕਿਤੇ ਵੀ ਵਿਚਰਦੇ ਨੇ ਉੱਥੇ ਨਦਰੀ ਨਦਰ ਨਿਹਾਲ ਕਰ ਦਿੰਦੇ ਨੇ, ਕਿਉਂਕਿ ਜੇ ਦੇਖਿਆ ਜਾਵੇ, ਮੈਨੂੰ ਤਾਂ ਵੈਸੇ ਟਾਈਮ ਮਿਲਿਆ ਥੋੜ੍ਹਾ ਜਿਹਾ ਧੰਨਵਾਦ ਕਰਨ ਦਾ, ਪਰ ਗੁਰਬਾਣੀ ਵਿੱਚ ਲਿਖਿਆ ਹੈ ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ। ਸੋ ਬਹੁਤ ਹੀ ਸਤਿਕਾਰਯੋਗ ਸੁਖਦੇਵ ਮੁਨੀ ਜੀ, ਜੋ ਕਿ ਮਾਧਵਾਨੰਦ ਜੀ ਤੋਂ ਵਰੋਸ ਆਏ ਹਨ, ਉਹਨਾਂ ਨੇ ਉਹਨਾਂ ਦੀ ਥਾਂ 'ਤੇ ਇਸ ਗੱਦੀ ਦੇ ਉੱਤੇ ਬੈਠ ਕੇ ਇਸ ਡੇਰੇ ਨੂੰ ਚਾਰ ਚੰਨ ਲਾਏ ਹਨ, ਕਿਉਂਕਿ ਗੁਰਬਾਣੀ ਵਿੱਚ ਜੇ ਦੇਖਿਆ ਜਾਵੇ ਤਾਂ ਸਰ ਜਾਦੂ ਨਾਲ ਸਰਕਾਰ ਨੇ ਲਿਖਿਆ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਇਨਸਾਈਕਲੋਪੀਡੀਆ ਆਫ ਏਸ਼ੀਆ। ਗੁਰਬਾਣੀ ਦੁਨੀਆ ਦਾ ਇੱਕ ਬਹੁਤ ਵੱਡਾ ਚਾਨਣ ਮਨਾਰਾ ਹੈ, ਜਿਹਦੇ ਵਿੱਚੋਂ ਦੁਨੀਆ ਭਰ ਦੀ ਸੈਂਸ, ਦੁਨੀਆ ਭਰ ਦਾ ਗਿਆਨ, ਦੁਨੀਆ ਭਰ ਦੀ ਡਾਕਟਰੀ ਇਹਦੇ ਵਿੱਚੋਂ ਮਿਲਦੀ ਹੈ। ਪਦ ਬਣਦਾ ਇੱਕ ਪੱਪੇ ਨਾਲ, ਪ੍ਰਤਿਸ਼ਠਾ ਬਣਦਾ, ਤਿੰਨੇ ਔਖੇ ਸ਼ਬਦ ਨੇ। ਪਦ ਤਾਂ ਪਤਾ ਹੀ ਹੈ ਵੀ DC ਹੁੰਦਾ, SP ਹੁੰਦਾ, ਥਾਣੇਦਾਰ ਹੁੰਦਾ, ਹੈੱਡਮਾਸਟਰ ਹੁੰਦਾ, ਇਹਨੂੰ ਪਦ ਕਹਿੰਦੇ ਨੇ। ਪ੍ਰਤਿਸ਼ਠਾ ਜਿਹੜੀ ਹੁੰਦੀ ਹੈ ਉਹ ਹੈ ਆ ਮੀਡੀਆ ਬਣਾਉਂਦਾ, ਮੈਂ ਉਹ ਵਿਦਵਾਨ ਬੈਠਾ ਸੀ ਉਹਨੂੰ ਕਰ ਰਿਹਾ ਸੀ, ਸਾਡੇ ਮੂਲ ਤੱਤਾਂ ਨੂੰ ਦਿਨ ਪ੍ਰਤੀ ਦਿਨ ਕਿਵੇਂ ਜ਼ਹਿਰੀਲਾ ਕੀਤਾ ਜਾਂਦਾ,
ਉਹ ਗੱਲਾਂ ਵੱਲ ਮੈਂ ਨਹੀਂ ਜਾਂਦਾ ਕਿਉਂਕਿ ਮੇਰਾ ਇੱਕ ਮਿੰਟ ਤਾਂ ਹੋ ਗਿਆ। ਅਤੇ ਮੈਂ ਆਖਿਆ ਵੀ ਇੱਕ ਪ੍ਰਤਿਸ਼ਠਾ ਹੁੰਦੀ ਹੈ ਜਿਹਨੂੰ ਅਖਬਾਰ ਬਣਾਉਂਦੇ ਨੇ, ਟੀ ਵੀ ਬਣਾਉਂਦਾ, ਰੇਡੀਓ ਬਣਾਉਂਦਾ, ਚਲੋ ਛੱਡੋ, ਅਤੇ ਇੱਕ ਪ੍ਰਤਿਭਾ ਹੁੰਦੀ ਹੈ ਜਿਹੜੀ ਮਨੁੱਖ ਦੇ ਅੰਦਰ ਗਿਆਨ ਹੁੰਦਾ, ਪ੍ਰਕਾਸ਼ ਹੁੰਦਾ, ਜੋਤ ਹੁੰਦੀ ਹੈ, ਅਨੁਭੂਤੀ ਹੁੰਦੀ ਹੈ, ਅਧਿਐਨ ਹੁੰਦਾ, ਵਿਵੇਕ ਹੁੰਦਾ, ਉਹ ਤੁਹਾਡੇ ਪ੍ਰਤਿਭਾ ਦਾ ਕਾਰਨ ਹੈ। ਸੋ ਪ੍ਰਤਿਭਾ ਜਿਹੜੀ ਹੈ, ਇਹ ਜਿਹੜਾ ਵਿਦਵਾਨ ਬੋਲ ਕੇ ਗਿਆ, ਇਹ ਪਦ ਤਾਂ ਬਹੁਤ ਵੱਡਾ ਇਹਦਾ, ਇਹਦੀ ਪ੍ਰਤਿਸ਼ਠਾ ਬੜੀ ਆ ਅਖਬਾਰਾਂ 'ਚ, ਲੇਕਿਨ ਇਹ ਪ੍ਰਤਿਭਾ ਨਹੀਂ, ਪ੍ਰਤਿਭਾ ਕੁਦਰਤ ਦਿੰਦਾ ਹੈ। ਵੱਖ ਵੱਖ ਕਵੀਸ਼ਰੀ ਜਥੇ ਭਾਈ ਦਰਸ਼ਨ ਸਿੰਘ ਧਨੌਲਾ ਨੇ ਲੰਬਾ ਸਮਾਂ ਸੰਤਾਂ ਦੀ ਮਹਿਮਾ ਦਾ ਗੁਣਗਾਨ ਕੀਤਾ। ਭਗਵਾਨ ਜੀ ਮਹਿਮਾ ਸੰਤਾਂ ਦੀ ਸਾਰੇ ਜਗ ਚੋਂ ਮਹਾਨ ਜੀ ਮਹਿਮਾ ਸੰਤਾਂ ਦੀ ਸਾਰੇ ਹੋ ਸੰਤਾਂ ਦੀ ਸੇਵਾ ਕਰਕੇ ਰਹਿੰਦੀ ਕੋਈ ਥੋੜ ਨਹੀਂ ਸੰਤਾਂ ਦੇ ਦਰਸ਼ਨ ਕਰ ਲੋ ਤੀਰਥ ਦੀ ਲੋੜ ਨਹੀਂ ਸੰਤਾਂ ਦੇ ਦਰਸ਼ਨ ਪਾਲੋ ਸੰਤ ਤਾਂ ਸਦਾ ਜਗਤ ਦਾ ਭਲਾ ਹੀ ਚਾਹੁੰਦੇ ਨੇ ਰਹਿੰਦੇ ਵਿੱਚ ਮਸਤ ਹਰੀ ਦੇ ਗੁਣ ਉਹਦੇ ਗਾਉਂਦੇ ਨੇ ਰਹਿੰਦੇ ਵਿੱਚ ਮਸਤ ਹਰੀ ਦੇ ਪਹੁੰਚਾਏ ਬਾਬੇ ਦੇ ਸਿੰਗੜਿਆਂ ਨੂੰ ਆ ਕੇ ਭਾਗ ਲਾਏ ਬਾਬੇ ਨੇ ਸਿੰਗੜਿਆਂ 'ਚ ਆ ਕੇ ਭਾਗ ਲਾਏ ਬਾਬੇ ਨੇ ਓ ਸਾਧ ਰੂਪ ਭਗਤੀ ਕਮਾਈ ਬਾਰੀ ਹੈ ਸਾਧ ਰੂਪ ਭਗਤੀ ਕਮਾਈ ਬਾਰੀ ਹੈ ਸਾਧੂਆਂ ਦੀ ਮਹਿਮਾ ਵੇਦਾਂ ਤੋਂ ਨਿਆਰੀ ਹੈ ਸਾਧੂਆਂ ਦੀ ਮਹਿਮਾ ਜੱਗ ਤੋਂ ਨਿਆਰੀ ਹੈ। ਭੋਗ ਪੈਣ ਉਪਰੰਤ ਸਰਬੱਤ ਦੇ ਭਲੇ ਲਈ ਅਰਦਾਸ ਬੇਨਤੀਆਂ ਅਤੇ ਆਰਤੀ ਵੀ ਕੀਤੀ ਗਈ, ਜਿਸ ਵਿੱਚ ਸਾਰੀਆਂ ਸੰਗਤਾਂ ਨੇ ਹਾਜ਼ਰੀ ਲਗਵਾਈ। ਪੜੇ ਬਾਬਾ ਪੜੇ
ਕੀ ਬੋਟਾ ਹਾਥੇ ਸੀ ਫਨਵਾਈਆ ਮਗੇ ਮਜਨ ਕੀ ਜੋਟਾ ਹਾਥੇ ਸੀ ਫਨਵਾਈਆ ਮਗੇ ਮਜਨ ਕੀ ਜੋਟਾ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਇਸ ਮੌਕੇ ਮਹੰਤ ਮੱਗਰ ਦਾਸ ਜੀ ਖੁੱਡੀ ਕਲਾਂ, ਮਹੰਤ ਉੱਤਮ ਦਾਸ ਜੀ ਸ਼ਾਹਪੁਰ, ਮਹੰਤ ਵਿਚਾਰ ਦਾਸ ਜੀ ਝੰਡੂਕੇ, ਮਹੰਤ ਸੰਤੋਖ ਦਾਸ ਜੀ ਧਰਮਗੜ, ਮਹੰਤ ਹਰੀਦਾਸ ਜੀ ਬਧਾਤੇ, ਮਹੰਤ ਗੁਰਦੇਵ ਦਾਸ ਜੀ ਗੁਰੂਸਰ, ਮਹੰਤ ਗੋਪਾਲ ਗਿਰ ਜੀ ਕਲਸੀਆਂ, ਮਹੰਤ ਭਿਰਗੂ ਦਾਸ ਜੀ ਮੂਮ, ਮਹੰਤ ਨਰਾਇਣ ਦਾਸ ਜੀ ਘਨੌਰੀ, ਸ੍ਰੀ ਮਦਨ ਲਾਲ ਜੀ ਕਲਾਲ ਮਾਜਰਾ, ਮਹੰਤ ਬਲਰਾਮ ਦਾਸ ਜੀ ਭੀਖੀ, ਮਹੰਤ ਕੇਵਲ ਕ੍ਰਿਸ਼ਨ ਜੀ ਹਡਿਆਇਆ, ਮਹੰਤ ਪੰਚਮ ਦਾਸ ਜੀ ਜੇਠੂਕੇ, ਮਹੰਤ ਮਖਣੀ ਦਾਸ ਜੀ ਘੜੈਲੀ, ਮਹੰਤ ਦਰਸ਼ਨਮੁਣੀ ਜੀ ਭੀਖੀ, ਮਹੰਤ ਹਰਚਰਨ ਦਾਸ ਜੀ ਮਲੋਟ, ਮਹੰਤ ਚਰਨਪੁਰੀ ਜੀ ਪੱਖੋ ਕਲਾਂ, ਮਹੰਤ ਮਾਨਦਾਸ ਜੀ ਗੁਰਮਾ, ਮਹੰਤ ਮੱਖਣ ਸਿੰਘ ਜੀ ਚੀਮਾ ਅਤੇ ਬੀਬੀ ਸੁਰਜੀਤ ਕੌਰ ਸੁਖੀ, ਮਹਿਲਾ ਕਾਂਗਰਸ ਪ੍ਰਧਾਨ ਵੀ ਹਾਜ਼ਰ ਸਨ। ਸਾਰੇ ਸਮਾਗਮਾਂ ਮੌਕੇ ਸਟੇਜ ਨੂੰ ਮਹੰਤ ਮਹਿੰਦਰ ਸਿੰਘ ਕੋਠਾ ਗੁਰੂ ਨੇ ਬਹੁਤ ਹੀ ਸੁਚੱਜੇ ਢੰਗ ਨਾਲ ਸੰਭਾਲਿਆ। ਬੀਬੀਆਂ ਤੇ ਸੇਵਾਦਾਰਾਂ ਵੱਲੋਂ ਤਿਆਰ ਕੀਤੇ ਗੁਰੂ ਕੇ ਲੰਗਰ ਸਾਰੇ ਮਹਾਂਪੁਰਸ਼ਾਂ ਅਤੇ ਸੰਗਤਾਂ ਨੇ ਇਕੱਠੇ ਬੈਠ ਕੇ ਛਕਿਆ ਅਤੇ ਮਹੰਤ ਸੁਖਦੇਵ ਮੁਨੀ ਜੀ ਵੱਲੋਂ ਆਏ ਮਹਾਂਪੁਰਸ਼ਾਂ ਦੀ ਪੰਗਤ ਪੂਜਾ ਵੀ ਕੀਤੀ ਗਈ। ਕਿਰਤ ਕਮਾਈ ਦਾ ਫੜਿਆ ਏ ਪੱਲਾ ਜੀ ਨੇ ਸੇਵਾ ਤੇ ਸਚਾਈ ਦਾ ਉਹਨੇ ਮਿਹਰਾ ਵਾਲਾ ਕਸ਼ਟ ਨਿਵਾਰਦਾ ਉਹਦੇ ਮਿਹਰਾ ਵਾਲਾ ਕਸ਼ਟ ਨਿਵਾਰਦਾ ਉਹ ਤੇਰੇ ਵੀ ਨਿਵਾਰੋ ਬੰਦੇ ਸਾਡੇ ਰਿਪੋਰਟਰ ਗੌਰਵਗੜ੍ਹ ਸ਼ਿਵਪੁਰ ਨਾਲ ਗੱਲਬਾਤ ਕਰਦਿਆਂ ਅਸਥਾਨ ਦੇ ਵਰਤਮਾਨ ਗੱਦੀ ਨਸ਼ੀਨ ਮਹੰਤ ਸੁਖਦੇਵ ਮੁਨੀ ਜੀ ਨੇ ਆਪਣੇ ਵਿਚਾਰ ਰੱਖੇ। ਇਸ ਮੌਕੇ ਉਹਨਾਂ ਦੇ ਨਾਲ ਸਾਬਕਾ ਸਰਪੰਚ ਤੇਜਾ ਸਿੰਘ, ਬਿਕਰ ਸਿੰਘ ਸਾਬਕਾ ਪੰਚ, ਸ਼ਮਸ਼ੇਰ ਸਿੰਘ ਸਮੀਰਾਂ ਦਾ, ਤਾਰੂ ਗੱਪੀਆਂ ਦਾ, ਬਲੌਰ ਸਿੰਘ ਨਿਆਈ ਵਾਲਾ, ਜੇਈ ਜਗਸੀਰ ਸਿੰਘ ਨਿਆਈ ਵਾਲਾ, ਸ਼ਮਸ਼ੇਰ ਸੀਰਾ ਖੜਗੱਜਾਂ ਦਾ, ਗੁਰਦੀਪ ਸਿੰਘ, ਦਵਿੰਦਰ ਸਿੰਘ ਨੰਬਰਦਾਰ, ਮਿੱਠੂ ਨੰਦੂਆਂ ਦਾ, ਜਗਦੇਵ ਸਿੰਘ ਅਕਾਲੀ, ਉੱਗਰ ਸਿੰਘ ਚੜ੍ਹ ਸਿੰਘ ਕਾ, ਗੁਰਨਾਮ ਸਿੰਘ ਭੁੱਲਰ, ਜਰਨੈਲ ਸਿੰਘ ਟੱਲੇਵਾਲੀਆ, ਕੈਪਟਨ ਹਰਬੰਸ ਸਿੰਘ, ਅਮਰਿੰਦਰ ਸਿੰਘ, ਪ੍ਰੀਤਮ ਸਿੰਘ ਭੋਡਾ, ਭਗਵਾਨ ਸਿੰਘ, ਮੇਘਨਾਥ ਰਾਮਪੁਰਾ, ਗੱਗੀ ਆਲੀਕੇ, ਮੇਲਾ ਸਿੰਘ ਮੋਗੜ, ਸੀਪਾ ਸੋਹੀ, ਗੁਰਮੀਤ ਸਿੰਘ ਭੀਟੀਵਾਲਾ, ਬੀਬੀ ਰੁਪਿੰਦਰ ਕੌਰ, ਸੁਖਚੈਨ ਸਿੰਘ ਲੰਬੂਆਂ ਦਾ, ਜੱਗਰ ਸਿੰਘ ਹਲਵਾਈ ਅਤੇ ਕਾਲਾ ਸਿੰਘ ਹਲਵਾਈ ਵੀ ਹਾਜ਼ਰ ਸਨ। ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਅੰਮ੍ਰਿਤ ਬਾਣੀ ਦੇ ਸ੍ਰੀ ਅਖੰਡ ਪਾਠ ਜਪ ਜੱਗ ਪਰਸੋਂ ਦੇ ਦਿਨ ਤੋਂ ਲਾ ਕਰਕੇ ਪ੍ਰਾਚੀਨ ਅਸਥਾਨ ਡੇਰਾ ਬਾਬਾ ਟੇਕ ਦਾਸ ਜੀ ਦੇ ਦਸਵੇਂ ਗੱਦੀ ਨਸੀਨ ਸੰਤ ਸਵਾਮੀ ਮਾਧਵਾਨੰਦ ਜੀ ਮਾਰੇ ਗੁਰੂਦੇਵ ਜੀ ਦੀ 20ਵੀਂ ਬਰਸੀ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ, ਜਿਸ ਦੇ ਵਿੱਚ ਬਹੁਤ ਦੂਰੋਂ ਦੂਰੋਂ ਸਾਧੂ ਸੰਤ ਮਹਾਤਮਾ ਅਤੇ ਸੰਗਤ ਪਹੁੰਚੀ, ਜਿਨ੍ਹਾਂ ਨੇ ਆਪਣੇ ਤਨ ਕਰਕੇ, ਮਨ ਕਰਕੇ, ਧਨ ਕਰਕੇ, ਜੋ ਵੀ ਪਰਿਵਾਰਾਂ ਨੇ ਇਸ ਸਮਾਗਮ ਦੇ ਵਿੱਚ ਆਪਣੀ ਸੇਵਾ ਕੀਤੀ ਹੈ, ਗੁਰੂ ਮਹਾਰਾਜ ਤੋਂ ਕਾਮਨਾ ਕਰਦੇ ਹਾਂ ਕਿ ਉਸ ਪਰਿਵਾਰਾਂ ਦੀਆਂ ਚੜ੍ਹਦੀਆਂ ਕਲਾ ਹੋਣ, ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰਨ। ਜੋ ਵੀ ਸਾਧੂ ਸੰਤ ਮਹਾਤਮਾ ਨੇ ਆ ਕੇ ਇਸ ਪਵਿੱਤਰ ਅਸਥਾਨ ਦੇ ਵਿੱਚ ਆਪਣੇ ਪਵਿੱਤਰ ਚਰਨ ਪਾਏ ਹਨ, ਸਾਰੇ ਸਾਧੂ ਸੰਤ ਮਹਾਤਮਾ ਸੰਗਤ ਦਾ
ਦਾਸ ਵੱਲੋਂ ਕੋਟਣ ਕੋਟ ਧੰਨਵਾਦ ਕੀਤਾ ਜਾਂਦਾ ਹੈ। ਇਹ ਸਮਾਗਮ ਸਵਾਮੀ ਜੀ ਗੁਰੂ ਦੇਵ ਸਵਾਮੀ ਮਾਧਵਾਨੰਦ ਜੀ ਜੋ ਕਿ ਉੱਚ ਕੋਟੀ ਦੇ ਬਹੁਤ ਵਿਦਵਾਨ ਸਨ, ਜਿਨ੍ਹਾਂ ਨੇ ਆਪਣੇ ਦਵਾਈ ਬੂਟੀ ਰਾਹੀਂ ਆਪਣੀ ਬੁੱਧੀ ਦੇ ਬਲ ਦੇ ਨਾਲ ਇਸ ਅਸਥਾਨ ਨੂੰ ਆਬਾਦ ਕੀਤਾ ਅਤੇ ਅਨੇਕਾਂ ਹੀ ਸੰਗਤਾਂ ਦੇ ਦਵਾਈ ਰੂਟੀ ਰਾਹੀਂ ਇਲਾਜ ਕੀਤੇ ਜੋ ਕਿ ਬਹੁਤ ਬਹੁਤ ਵੱਡੇ ਵੱਡੇ ਹਸਪਤਾਲਾਂ ਦੇ ਵਿੱਚੋਂ ਨਹੀਂ ਵੀ ਕਿਸੇ ਨੂੰ ਆਰਾਮ ਆਉਂਦਾ ਸੀ ਬਿਮਾਰੀਆਂ ਤੋਂ, ਉਹਨਾਂ ਨੂੰ ਜਵਾਬ ਮਿਲ ਜਾਂਦਾ ਸੀ ਡਾਕਟਰਾਂ ਕੋਲੋਂ, ਤਾਂ ਮਹਾਰਾਜ ਦੀ ਇੰਨੀ ਉਹਨਾਂ ਦੇ ਉੱਤੇ ਪ੍ਰਭੂ ਦੀ ਪਰਮਾਤਮਾ ਦੀ ਕਿਰਪਾ ਸੀ, ਉਹਨਾਂ ਦੀ ਦਵਾਈ ਦੇ ਰਾਹੀਂ ਬਹੁਤ ਅਨੇਕਾਂ ਪ੍ਰਾਣੀਆਂ ਨੂੰ ਆਰਾਮ ਆਇਆ ਜਿਨ੍ਹਾਂ ਨੂੰ ਵੱਡੇ ਵੱਡੇ ਹਸਪਤਾਲਾਂ ਦੇ ਵਿੱਚੋਂ ਜਵਾਬ ਮਿਲ ਚੁੱਕੇ ਸਨ। ਦਾਸ ਨੂੰ ਵੀ ਉਹਨਾਂ ਦੇ ਚਰਨਾਂ ਦੇ ਵਿੱਚ ਰਹਿਣ ਦਾ ਸਮਾਂ ਮਿਲਿਆ, ਉਹਨਾਂ ਦੀ ਦ੍ਰਿਸ਼ਟੀ ਮੇਰੇ ਨਿਮਾਣੇ ਦੇ ਉੱਪਰ ਵੀ ਪਈ, ਉਹਨਾਂ ਕਰਕੇ ਇਸ ਨਗਰ ਸੰਘੇੜਾ ਦੇ ਵਿੱਚ ਸੇਵਾ ਕਰਨ ਦਾ ਮੌਕਾ ਮਿਲਿਆ। ਸੋ ਸਾਰੀਆਂ ਸੰਗਤਾਂ ਨੇ ਰਲ ਮਿਲ ਕੇ ਦਾਸ ਨੂੰ ਵੀ ਇਸ ਅਸਥਾਨ ਦੀ ਸੇਵਾ ਸੌਂਪੀ। ਸੋ ਮੈਂ ਵੀ ਆਪਣੇ ਗੁਰੂ ਦੇਵ ਜੀ ਦੇ ਦੱਸੇ ਮਾਰਗ 'ਤੇ ਚੱਲਦੇ ਹੋਇਆਂ ਅਤੇ ਡੇਰੇ ਦੀ ਪਰੰਪਰਾ ਮੁਤਾਬਕ, ਸੰਪਰਦਾਇ ਦੀ ਪਰੰਪਰਾ ਮੁਤਾਬਕ ਇਸ ਡੇਰੇ ਦੀ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰਨ ਦੀ ਕਾਮਨਾ ਕਰਦਾ ਹਾਂ। ਸੋ ਸਮੂਹ ਸਾਧੂ ਸੰਗਤ ਮਹਾਤਮਾ ਸੰਪਰਦਾਵਾਂ ਵੱਲੋਂ ਅਤੇ ਨਗਰ ਨਿਵਾਸੀ ਸੰਗਤਾਂ ਵੱਲੋਂ, ਡੇਰੇ ਦੇ ਸ਼ਰਧਾਲੂ ਸੇਵਕਾਂ ਵੱਲੋਂ, ਪ੍ਰਸ਼ਾਸਨ ਵੱਲੋਂ ਕਾਮਨਾ ਕਰਦਾ ਹਾਂ ਕਿ ਦਾਸ ਦੀ ਸਹਿਯੋਗ ਦਿੱਤਾ ਜਾਵੇ ਅਤੇ ਇਸ ਅਸਥਾਨ ਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰਨ ਦੇ ਵਿੱਚ ਆਪ ਸਹਾਇਕ ਹੋਵੋ। ਪੰਜਾਬ, ਹਰਿਆਣਾ, ਰਾਜਸਥਾਨ ਅਤੇ ਹਿਮਾਚਲ ਦੇ ਪਿੰਡਾਂ ਤੇ ਸ਼ਹਿਰਾਂ ਵਿੱਚ ਪ੍ਰੋਗਰਾਮ ਦੀ ਕਵਰੇਜ ਲਈ ਸੰਪਰਕ ਕਰੋ ਗੌਰਵ ਗਰਗ ਸ਼ੇਰਪੁਰ। ਮੋਬਾਈਲ 94170 36301 ਅਤੇ 98141 36301।